ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰਾਮਦਾਸ ਸਿੰਘ ਸਭਾ ਲੰਗਰ ਹਾਲ ਸੁਸਾਇਟੀ, ਇਹ ਵੀਰ ਜੀ ਹਰ ਸਾਲ ਦੀ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜਿਹੜੀ ਕਿ ਸੇਵਾ ਚੱਲਦੀ ਆ, ਇਹਨੂੰ ਘੱਟੋ ਘੱਟ 5 ਸਾਲ ਹੋ ਗਏ ਸੇਵਾ ਨੂੰ ਇੱਥੇ ਚੱਲਦਿਆਂ ਜੀ। ਇਹਦੇ ਵਿੱਚੋਂ ਸਾਡੇ ਬੱਚੇ, ਸਾਡੇ ਆਪਣੇ ਬੱਚੇ ਜਿਹੜੇ ਸਾਡੇ ਨਾਲ ਵੀਰ 20 ਸਾਲ ਤੋਂ ਜੁੜੇ, ਉਹਨਾਂ ਦੇ ਬੱਚੇ ਜਿਹੜੇ ਪਿਆਰ ਸਦਕਾ ਕੋਈ ਅਮੈਰੀਕਾ, ਕੋਈ ਕਨੇਡਾ, ਕੋਈ ਵੀਰ ਸਾਡੇ ਨਾਲ ਵਿਛੜ ਕੇ ਕਨੇਡਾ ਗਏ ਆ, ਉਹ ਸਾਰੇ ਇਸ ਧਰਤੀ ਨੂੰ, ਇਸ ਜਗ੍ਹਾ ਨੂੰ, ਇਸ ਲੰਗਰ ਨੂੰ ਯਾਦ ਰੱਖਦੇ ਆ। ਉਹ ਵੀ ਸਾਡੀ ਸਪੋਰਟ ਕਰਦੇ ਆ। ਹੋਰ ਸਾਡੇ ਨਾਲ ਵੀਰ ਕੋਈ ਖੇਤੀਬਾੜੀ ਨਾ ਆਇਆ, ਕੋਈ ਦੁਕਾਨਦਾਰ ਨਾ ਆਇਆ, ਜੋ ਵੀ ਉਹ ਆਪਣਾ ਸਤਿਕਾਰ ਵੱਲੋਂ ਕੋਈ ਰਿਫਾਇੰਡ ਦਾ ਟੀਨ, ਕੋਈ ਮਾਇਆ, ਕੋਈ 10, 20, 50, 100 ਜਿੰਨੇ ਵੀ ਇਕੱਠੇ ਕਰਕੇ ਹਰ ਸਾਲ ਦੀ ਤਰ੍ਹਾਂ ਸਾਡੇ ਪ੍ਰੋਗਰਾਮ 3 ਹੁੰਦੇ ਆ ਜੀ। ਇੱਕ ਸਾਡਾ ਪਹਿਲਾ ਪ੍ਰੋਗਰਾਮ ਸਾਡਾ ਆ ਗਿਆ ਜੀ ਲੱਡੂਆਂ ਦਾ, ਦੂਜਾ ਪ੍ਰੋਗਰਾਮ ਸਾਡਾ ਆ ਗਿਆ ਜੀ ਗੁਰੂ ਬਾਬਾ ਦੀਪ ਸਿੰਘ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ। ਹਰ ਸਾਲ ਦੀ ਤਰ੍ਹਾਂ 27 ਤਰੀਕ ਨੂੰ ਦੁੱਧ ਦਾ ਲੰਗਰ ਉੱਥੇ ਲਾਇਆ ਜਾਂਦਾ ਜੀ। ਤੀਜਾ ਪ੍ਰੋਗਰਾਮ ਸਾਡਾ ਜੀ ਫਤਿਹਗੜ੍ਹ ਸਾਹਿਬ ਜੋੜੇ ਘਰ ਦੀ ਸੇਵਾ, ਛੋਟੇ ਸਾਹਿਬਜ਼ਾਦਿਆਂ ਸਮਰਪਿਤ ਹਰ ਸਾਲ ਦੀ ਤਰ੍ਹਾਂ। ਅਤੇ ਅਸੀਂ ਸਾਰੇ ਵੀਰਾਂ ਦਾ, ਸਾਡੇ ਜਿੰਨੇ ਸਾਡੇ ਗਰੁੱਪ ਦੇ ਨਾਲ ਸਾਡੇ ਵੀਰ ਆ, ਸਾਡੀ ਸੁਸਾਇਟੀ ਦੇ ਮੈਂਬਰ ਆ, ਹਰ ਸਾਲ ਦੀ ਤਰ੍ਹਾਂ ਸਾਨੂੰ ਯਾਦ ਵੀ ਕਰਦੇ ਨੇ ਬਾਹਰ ਬੈਠੇ। ਸਾਡੇ ਕੋਲ ਗਰੁੱਪ ਨੰਬਰ ਸਾਡੇ ਵੀਰਾਂ ਦੇ ਸਾਰਿਆਂ ਦੇ ਨਾਲ ਆ। 1-1 ਰੁਪਈਆ ਸੰਗਤ ਦਾ, ਗੁਰੂ ਘਰ ਦਾ 1 ਰੁਪਈਆ, ਸਾਡੇ ਪ੍ਰਧਾਨ ਸਾਹਿਬ ਜਿਹੜੀ ਚੀਜ਼ ਦੀ ਰਸਤਾ ਬਸਤਾਂ ਦਾ ਸਾਡਾ ਮਤਲਬ ਲਿਆ ਕੇ ਦਿੰਦੇ ਨੇ ਜੀ। ਅਸੀਂ ਬਹੁਤ ਆਪਣੇ ਵੀਰਾਂ ਦਾ, ਆਪਣੇ ਬੱਚਿਆਂ ਦਾ, ਆਪਣੇ ਭਰਾਵਾਂ ਦਾ ਸੰਯੋਗ ਦੇ ਨਾਲ ਹੀ ਇਹ ਸੇਵਾ ਚੱਲਦੀ ਆ ਜੀ। ਹਰ ਸਾਲ ਦੀ ਤਰ੍ਹਾਂ ਤੁਹਾਡੇ ਕੋਲ ਸੇਵਾ ਕੀਤੀ ਜਾਂਦੀ ਜੀ ਮਠਿਆਈਆਂ ਦੀ? ਹਰ ਸਾਲ ਦੀ ਤਰ੍ਹਾਂ ਜੀ, ਹਰ ਸਾਲ ਦੀ। ਅਤੇ ਕਿੰਨੇ ਦਿਨ ਪਹਿਲਾਂ ਤਿਆਰੀ ਹੁੰਦੀ ਹੈ ਜੀ? ਇਹ ਜੀ 4 ਦਿਨ ਪਹਿਲਾਂ ਲੱਡੂ ਬਣਨੇ ਸ਼ੁਰੂ ਹੋ ਜਾਂਦੇ ਆ। ਵੇਖੋ ਜੀ, ਲੱਡੂਆਂ ਦਾ ਸੇਵਾ ਜਿਹੜੀ ਆ ਹਲਵਾਈ ਲੱਗ ਜਾਂਦੇ ਨੇ, ਉਸ ਤੋਂ ਬਾਅਦ ਲੱਡੂ ਸੰਗਤਾਂ ਆਉਂਦੀਆਂ ਸਾਡੇ ਪਿੰਡਾਂ 'ਚੋਂ, ਸਾਡੇ ਆਪਣੇ ਭੈਣ ਭਰਾ ਸਾਰੇ ਜਿਹੜੇ ਵੀਰ ਸਾਨੂੰ ਸਹਿਯੋਗ ਦਿੰਦੇ, ਉਹਨਾਂ ਦਾ ਪਰਿਵਾਰ ਨਾਲ ਆ ਗਿਆ, ਆਪਣੇ ਹੱਥੀਂ ਲੱਡੂ ਬਣਾਉਂਦੇ ਆ ਜੀ, ਆਪਣੇ ਹੱਥੀਂ ਲੱਡੂਆਂ ਦੀ ਸੇਵਾ ਕੀਤੀ ਜਾਂਦੀ ਆ। ਅਤੇ ਸ਼੍ਰੋਮਣੀ ਕਮੇਟੀ ਦਾ ਸਾਨੂੰ ਬਹੁਤ ਬਹੁਤ ਸਹਿਯੋਗ ਹੈ ਨਾਲ ਜੀ, ਸਾਨੂੰ ਹਰ ਸਾਲ ਦੀ ਤਰ੍ਹਾਂ ਸੇਵਾ ਵੀ ਇੱਥੇ ਦਿੰਦੇ ਨੇ, ਨਾਲ ਹੋਰ ਵੀ ਜਿੱਦਾਂ ਸਿਲੰਡਰਾਂ ਦੀ ਸੇਵਾ ਹੁੰਦੀ ਹੈ ਜੀ, ਹਰ ਸਾਲ ਦੀ ਤਰ੍ਹਾਂ ਭੇਟਾ ਰਹਿ ਸਾਨੂੰ ਸਿਲੰਡਰ ਵੀ ਦਿੱਤੇ ਜਾਂਦੇ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸਿੱਖ ਸਾਹਿਬ, ਆਪਣਾ ਨਾਮ ਦੱਸੋ। ਮੇਰਾ ਨਾਮ ਅਮਨਦੀਪ ਸਿੰਘ ਪਾਲ। ਕੀ ਕਹਿਣਾ ਚਾਹੋਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ? ਹਾਂਜੀ, ਪਹਿਲੇ ਪ੍ਰਕਾਸ਼ ਦਿਹਾੜੇ ਦੇ ਧੰਨ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ, ਜਿਹੜੇ ਕਿਨਰ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਜਿਹੜੇ ਹੈੱਡ ਗ੍ਰੰਥੀ ਸੀ, ਉਹਨਾਂ ਦਾ ਜਿਹੜਾ ਅੱਜ ਕਿਨਰ ਕੱਲ੍ਹ ਦੇ ਦਿਨ ਆਪਾਂ ਮਨਾਉਣਾ ਵਾ, ਉਹਨੂੰ 4 ਦਿਨ ਹੋ ਗਏ ਸਾਨੂੰ ਲੱਡੂ ਬਣਾਉਂਦਿਆਂ ਨੂੰ। 4 ਦਿਨ ਤੋਂ ਅੱਜ 4ਥਾ ਦਿਨ ਜਿਹੜੇ ਬਣ ਰਹੇ ਆ, ਉਹਦੇ ਵਿੱਚ ਪਕੌੜਿਆਂ ਦਾ ਲੰਗਰ, ਵਿੱਚ ਬਰਫੀ ਮਠਿਆਈ ਸਾਰੀ ਜਿਹੜੀ ਹੁਣ ਸਾਡੇ ਸਿੰਘ ਉੱਧਰ ਚਾਹ ਵਾਲਿਆਂ ਨੂੰ ਪਿਆਉਣ ਡਏ ਆ। ਇਹ ਗੁਰੂ ਰਾਮਦਾਸ ਜੀ ਸੇਵਾ ਸੁਸਾਇਟੀ ਦਾ ਜਿਹੜਾ ਗੁਰੂ ਰਾਮਦਾਸ ਦਾ ਨਾਮ ਲੈ ਕੇ ਅਸੀਂ ਇਹ ਸੇਵਾ ਸ਼ੁਰੂ ਕਰਦੇ ਹਾਂ, ਅਤੇ ਉਹਨਾਂ ਦੀ ਕਿਰਪਾ ਦੇ ਨਾਲ ਹੀ ਇੰਨੀ ਕਿਰਪਾ ਹੋ ਜਾਂਦੀ ਆ ਵੀ ਲੱਡੂਆਂ ਦੇ ਬੋਲ ਲੱਗ ਜਾਂਦੇ ਜਿਹੜੇ ਤੁਸੀਂ ਅੰਦਰ ਜਾ ਕੇ ਵੇਖਦੇ ਆ। ਉਹ ਜਿਹੜੇ ਕੀਨਾ ਲਈਦਾ ਅਸੀਂ ਕੱਲ੍ਹ ਤੋਂ ਵਰਤਾਉਣੇ ਸ਼ੁਰੂ ਕਰਨੇ ਹਾਂ, ਜਿਹੜੇ ਅਸੀਂ ਦੋਵਾਂ ਹਾਲਾਂ 'ਚ ਵਰਤਾਉਂਦੇ ਹਾਂ, ਥੱਲੇ ਅਤੇ ਉੱਪਰ ਇੱਕ ਟੀਮ ਵਰਕ ਬਣ ਕੇ ਉਹਦੇ ਨਾਲ ਜਦੋਂ ਅਰਦਾਸ ਕਰਕੇ ਅਸੀਂ ਤੁਰਦੇ ਹਾਂ, ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਟੁੱਟ ਲੰਗਰ ਵਰਤਦਾ, ਔਰ ਗੁਰੂ ਰਾਮਦਾਸ ਦੀ ਜਿਹੜੀ ਆ ਉਹ ਕਲਾ ਵਰਤੀ ਜਾਂਦੀ ਆ, ਉਹਦੇ ਨਾਲ ਹੀ ਸਾਨੂੰ ਹੋਰ ਉਤਸ਼ਾਹ ਮਿਲਦਾ, ਅਤੇ ਅਸੀਂ ਹਰ ਸਾਲ ਦੀ ਤਰ੍ਹਾਂ ਇੱਥੇ ਜਿਹੜਾ ਨਾ ਇਹ ਲੱਡੂਆਂ ਦਾ ਜਿਹੜਾ ਸੇਵਾ ਉਹ ਕਰਦੇ ਹਾਂ ਜੀ। ਲੱਗਦਾ ਕਿ NRI ਵੀਰਾਂ ਦੇ ਵੱਲੋਂ ਵੀ ਸਹਿਯੋਗ ਪਾਇਆ ਜਾਂਦਾ? ਹਾਂਜੀ, NRI ਵੀਰਾਂ ਦਾ ਬਹੁਤ ਸਹਿਯੋਗ ਹੈ ਜੀ, ਮੇਰੀ ਫੈਮਿਲੀ ਵੀ ਆ, ਸਾਡੇ ਭਰਾ ਵਾ ਉਹਨਾਂ ਦਾ, ਜਿਹੜੇ ਸਾਡੇ ਪ੍ਰਧਾਨ ਸਾਹਿਬ ਉਹਨਾਂ ਦਾ ਬੇਟਾ, ਇਹਨਾਂ ਦੀ ਬੇਟੀ ਵੀ ਆ, ਉਹਨਾਂ ਦੇ ਸਹਿਯੋਗ ਨਾਲ ਵੱਡਾ ਜਿਹੜਾ ਬਣਦਾ, ਕਿਉਂਕਿ ਉਹ ਜਿਹੜੇ ਬੱਚੇ ਆ ਇੱਥੋਂ ਗਏ ਆ, ਉਹ ਅਜੇ ਵੀ ਗੁਰੂ ਰਾਮਦਾਸ ਦੇ ਘਰ ਨਾਲ ਜੁੜੇ ਆ। ਜਦੋਂ ਉਹਨਾਂ ਨੂੰ ਇਹ ਗੱਲ ਕਹਿੰਦੇ ਹਾਂ ਵੀ ਆਪਾਂ ਗੁਰੂ ਰਾਮਦਾਸ ਦੇ ਘਰ ਲੰਗਰ ਲਾਉਣਾ ਵਾ, ਉਹਨਾਂ 'ਤੇ ਉਤਸ਼ਾਹ ਹੋ ਜਾਂਦਾ, ਸਿਰਫ ਉਹ ਆ ਨਹੀਂ ਸਕਦੇ, ਔਰ ਉਹਨਾਂ ਦੀ ਰੂਹ ਜਿਹੜੀ ਆ ਉਹ ਇੱਥੇ ਹੀ ਹੁੰਦੀ ਆ, ਔਰ ਮਾਇਆ ਦੇ ਨਾਲ ਜਿਹੜੀ ਆ ਉਹ ਸਾਰੀ ਸੇਵਾ ਕਰਦੇ ਆ, ਜਿਹਨੂੰ ਅਸੀਂ ਜਿਹੜੇ ਆ ਉਹ ਵੱਧ ਚੜ ਕੇ ਅਸੀਂ ਸਾਰਾ ਕੁਝ ਕਰਦੇ ਹਾਂ। ਕਿੰਨੇ ਭਾਗਾਂ ਵਾਲੇ ਸਮਝਦੇ ਹੋ ਕਿ ਇਹ ਸੇਵਾ ਤੁਹਾਡੀ? ਇਹ ਬੜੇ ਅਸੀਂ ਭਾਗਾਂ ਵਾਲੇ ਹਾਂ ਜੀ,
ਕਿਉਂਕਿ ਜਿਹੜਾ ਗੁਰੂ ਰਾਮਦਾਸ ਦਾ ਘਰ ਹੈ, ਗੁਰੂ ਰਾਮਦਾਸ ਦੀ ਧਰਤੀ ਇੱਥੇ, ਕੀ ਨਾਂ ਦਾ, ਗੁਰੂ ਤੇਗ ਬਹਾਦਰ ਜੀ ਦਾ ਜਨਮ ਇੱਥੇ ਹੋਇਆ, ਗੁਰੂ ਰਾਮਦਾਸ ਦੀ ਧਰਤੀ, ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਇੱਥੇ ਹੋਇਆ। ਇਹ ਗੁਰੂਆਂ ਪੀਰਾਂ ਦੀ ਧਰਤੀ ਆ ਜਿਹੜੀ ਬਹੁਤ ਵੱਡੀ ਆ, ਤਾਂ ਔਰ ਇਹਦੇ ਸਤਿਕਾਰ ਇਹਦੇ ਨਾਂ ਦੇ ਨਾਲ ਜਿਹੜਾ ਸ੍ਰੀ ਗੁਰੂ ਹਰਿਮੰਦਰ ਸਾਹਿਬ ਆ, ਇਹ ਸਿੱਖਾਂ ਦਾ ਸਭ ਤੋਂ ਵੱਡਾ ਇਤਿਹਾਸ ਗੁਰਦੁਆਰਾ ਸਾਹਿਬ ਆ। ਔਰ ਜਿਹੜਾ ਅਕਾਲ ਤਖਤ ਸਾਹਿਬ ਆ, ਪੰਜਾਂ ਅਕਾਲ ਤਖਤਾਂ 'ਚੋਂ ਸਭ ਤੋਂ ਵੱਡਾ ਜਿਹੜਾ ਤਖਤ ਆ ਸ੍ਰੀ ਅਕਾਲ ਤਖਤ ਸਾਹਿਬ ਆ, ਜਿਨ੍ਹਾਂ ਦਾ ਓਟ ਆਸਰਾ ਲੈ ਕੇ ਬੜੀ ਦੁਨੀਆ ਸੰਗਤ ਦੂਰੋਂ ਦੂਰੋਂ ਜਿਹੜੀਆਂ ਟ੍ਰੇਨਾਂ ਭਰ ਕੇ ਆਉਂਦੇ ਆ। ਔਰ ਜਦੋਂ ਐਤਵਾਰ ਹੁੰਦਾ ਬਾਬਾ ਬੁੱਢਾ ਜੀ ਦੀ ਜਿਹੜੀ ਬੇਰੀ ਆ ਨਾ, ਉੱਥੋਂ ਤੱਕ ਜਿਹੜੀ ਸੰਗਤ ਦੀ ਲਾਈਨ ਲੱਗੀ ਹੁੰਦੀ ਇੰਨੀ ਗਰਮੀ ਦੇ ਵਿੱਚ, ਜਿਨ੍ਹਾਂ ਨੇ ਮੱਥਾ ਟੇਕਣ ਲਈ ਉਹ ਘੱਟੋ ਘੱਟ 3-3 ਘੰਟੇ ਉਡੀਕ ਕਰਕੇ ਗੁਰੂ ਰਾਮਦਾਸ ਦੇ ਅੰਦਰ ਦਰਸ਼ਨ ਕਰਦੇ ਆ। ਔਰ ਉਹਨਾਂ ਨੂੰ ਉਤਸ਼ਾਹ ਗੁਰੂ ਰਾਮਦਾਸ ਹੀ ਦਿੰਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।